ਮਲੇਰਕੋਟਲਾ ਸੇ ਸਟਾਫ ਦੇ ਵੱਲੋਂ 3 ਵਿਅਕਤੀਆਂ 2 ਪਿਸਤੌਲਾਂ 2 ਮੈਗਜ਼ੀਨ 8 ਜਿੰਦਾ ਰੌਂਦ 32 ਬੋਰ 1 ਸਕਾਰਪੀਓ ਤੇ 1 I20 ਗੱਡੀ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ ਇਸ ਸੰਬੰਧੀ ਕੀਤੀ ਗਈ ਪ੍ਰੈਸ ਕਾਨਫਰੰਸ ਦੇ ਦੌਰਾਨ ਜਾਣਕਾਰੀ ਦਿੰਦੇ ਮਲੇਰਕੋਟਲਾ ਦੇ DSP ਡੀ ਰਣਜੀਤ ਸਿੰਘ ਨੇ ਦੱਸਿਆ ਕਿ ਮਲੇਰਕੋਟਲਾ ਪੁਲਿਸ ਦੇ CI ਵਿੰਗ ਨੇ ਗੁਪਤ ਸੂਚਨਾ ਦੇ ਤਹਿਤ ਇੱਕ ਮੁਹੰਮਦ ਰਿਜਵਾਨ ਉਰਫ CBZ ਨੂੰ ਉਸੇ ਦੋ ਹੋਰ ਸਾਥੀਆਂ ਸਮੇਤ ਜਗਦੀਪ ਸਿੰਘ ਵਾਸੀ ਤਲਵੰਡੀ ਰਾਇਕੇ ਰਾਇਕੋਟ ਅਤੇ ਮੁਹੰਮਦ ਅੰਸ ਵਾਸੀ ਮਲੇਰਕੋਟਲਾ ਨੂੰ ਉਪਰੋਕਤ ਸਮਾਨ ਸਮੇਤ ਕਾਬੂ ਕੀਤਾ ਉਹਨਾਂ ਅੱਗੇ ਦੱਸਿਆ ਕਿ ਇਹਨਾਂ ਵਿਅਕਤੀਆਂ ਨੇ ਪੁੱਛਗਿੱਛ ਦੇ ਦੌਰਾਨ ਮੰਨਿਆ ਹੈ ਕਿ ਉਹ ਪਿਸਤੌਲ UP ਤੋਂ ਆਪਣੇ ਵਿਰੋਧੀਆਂ ਨੂੰ ਡਰਾਉਣ ਦੇ ਲਈ ਲੈ ਕੇ ਆਏ ਸਨ ਪੁਲਿਸ ਵੱਲੋਂ ਦੋਸ਼ੀਆਂ ਦੇ ਵਿਰੁੱਧ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰਕੇ ਅੱਗੇ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਨ੍ਹਾਂ ਕੋਲੋਂ ਹੋਰ ਵਧੇਰੇ ਜਾਣਕਾਰੀ ਮਿਲਣ ਦੀ ਵੀ ਸੰਭਾਵਨਾ ਹੈ ਮਾਨਯੋਗ ਸੀਨੀਅਰ ਪੁਲਿਸ ਕਪਤਾਨ ਮਾਨਯੋਗ SPG ਸਾਹਿਬ ਦੀ ਹਦਾਇਤਾਂ ਦੇ ਅਸੀਂ ਸੀਨੀਅਰ ਸਟਾਫ ਦੀ ਟੀਮ ਸਾਰੇ ਲੇਬਰ ਪੁਲਿਸ ਨੇ ਜਿਹੜੇ ਗੈਰ ਕਾਨੂੰਨੀ ਕੰਮ ਕਰਨ ਵਾਲੇ ਚਾਹੇ ਸਮਗਲਰ ਨੇ ਚਾਹੇ ਹੈਂਡੀਪੈਸ ਦੇ ਸਮਗਲਰ ਨੇ ਚਾਹੇ ਇੰਗਸਟਰ ਨੇ ਸਾਰਿਆਂ ਦੇ ਨਿਗਰਾਨੀ ਰੱਖੀ ਹੋਈ ਹੈ ਚਾਹੇ ਉਹ ਜੇਲ੍ਹ ਵਿੱਚ ਵੀ ਹੈ ਹੁਣ ਸਾਡੇ ਇੱਕ ਗੈਂਗਸਟਰ ਬੇਲ 'ਤੇ ਸੀ CBZ ਕਰਕੇ ਜਾਣਿਆ ਜਾਂਦਾ ਵੈਸੇ ਉਹਨਾਂ ਦਾ ਨਾਮ ਹੈਗਾ ਮੁਹੰਮਦ ਰਜਵਾਨ ਉਰਫ CBZ ਸਾਡੀ ਉਹਦੇ ਵੀ ਨਿਗਰਾਨੀ ਚੱਲਦੀ ਸੀਗੀ ਅਤੇ ਸਾਨੂੰ ਮੁਹਰੀ ਹੋਈ ਕਿ ਇਹ ਪਿਸਟਲ ਲੈ ਕੇ ਫਿਰ ਰਿਹਾ ਅਤੇ ਇਹਨਾਂ ਨੂੰ 2-3 ਵਿਅਕਤੀ ਹੋਰ ਵੀ ਹੈਗੇ ਇਹਦੇ ਸਮਾਰਕ ਦੇ ਵਿੱਚ ਇਹਨਾਂ ਨੇ ਪਿਸਟਲ ਰੱਖੇ ਹੋਏ ਸਾਡੇ ਫਿਰ CA ਸਟਾਫ ਦੇ ਇੰਚਾਰਜ ਸਮੇਤ ਸਾਰੀ ਟੀਮ ਨੇ ਇਹਨਾਂ ਨੂੰ ਕਾਬੂ ਕਰਕੇ ਮੁਹੰਮਦ ਰਜਵਾਨ ਨੂੰ ਸਕੋਰਪੀਓ ਗੱਡੀ ਦੇ ਵਿੱਚ ਉਹਨਾਂ ਪਿਸਟਲ ਕਵਰ ਕੀਤਾ ਇਹਨਾਂ ਨੂੰ ਅਰੈਸਟ ਕੀਤਾ ਫਿਰ ਇਹਨਾਂ ਦੀ ਪੁੱਛਗਿੱਛ ਦੇ ਆਧਾਰ 'ਤੇ 2 ਵਿਅਕਤੀ ਅਸੀਂ ਹੋਰ ਗ੍ਰਿਫਤਾਰ ਕੀਤੇ ਜਿਹਦਾ ਨਾਮ ਇੱਥੇ ਹੈਗਾ ਸਰ ਜਗਦੀਪ ਸਿੰਘ ਹੈਗਾ ਇਹ ਤਲਵੰਡੀ ਦਾ ਰਹਿਣ ਵਾਲਾ ਹੈਗਾ ਦੂਜਾ ਹੈਗਾ ਮੁਹੰਮਦ ਅੰਸ਼ ਹੈ ਜਗਦੀਪ ਸਿੰਘ ਪਾਸੋਂ ਉਹਨਾਂ ਦੀ I20 ਕਾਰ ਦੇ ਵਿੱਚ ਉਹਨਾਂ ਨਾਲ ਮੁਹੰਮਦ ਅੰਸ਼ ਸੀਗਾ ਜਗਦੀਪ ਤੋਂ ਇੱਕ ਪਿਸਟਲ ਉਹਨਾਂ ਤੋਂ 2 ਰੌਂਦ ਅਤੇ 4 ਰੌਂਦ ਮੁਹੰਮਦ ਅੰਸ਼ ਤੋਂ ਮਿਲੇ ਇਸ ਤਰ੍ਹਾਂ ਇਹਨਾਂ ਨੇ ਬਹੁਤ ਵੱਡੀ ਸਾਡੀ CA ਸਟਾਫ ਦੀ ਟੀਮ ਨੂੰ ਸਫਲਤਾ ਮਿਲੀ ਆ ਇਹਨਾਂ ਨੂੰ ਕਾਬੂ ਕਰਕੇ ਅਸੀਂ ਹੋਰ ਵੀ ਪੁੱਛਗਿੱਛ ਕੀਤੀ ਆ ਅਤੇ ਅੱਗੇ ਹੋਰ ਵੀ ਕਰ ਰਹੇ ਹਾਂ ਜੀ ਹਾਂਜੀ CBZ ਨਾਮ ਦੇ ਗੈਂਗ ਵੀ ਬਣਿਆ ਹੋਇਆ ਇਹਨਾਂ ਦਾ ਇਹ ਗੈਂਗਸਟਰ ਝਾਨੇ ਸਾਡੇ ਵੀ ਤਗੜੀ ਰੱਖਿਆ ਹੋਇਆ ਇਹਨਾਂ ਦੇ 13 ਮੈਂਬਰ ਨੇ ਗੈਂਗ ਦੇ ਉਹ ਵੀ ਬੇਸ ਤੇ ਉਹਨਾਂ ਦੀ ਨਿਗਰਾਨੀ ਸਾਰਿਆਂ ਦੀ ਰੱਖੀ ਹੋਈ ਹੈਗੀ ਆ ਅਤੇ ਪਹਿਲੇ ਮਾਮਲੇ ਚੱਲ ਰਹੇ ਇਹ ਅਸਲਾ ਕਰਨਾ ਕੀ ਸੀ ਕੋਈ ਮੁੱਖ ਕਾਰਨ ਤਾਂ ਨਹੀਂ ਹੈਗਾ ਸੀ ਕੋਈ ਜੀ ਕਾਰਨ ਇਹਨਾਂ ਦਾ ਇਹੀ ਹੈ ਵੀ ਦਹਿਸ਼ਤ ਫੈਲਾਉਣੀ ਅਤੇ ਆਪਣੇ ਆਪ ਨੂੰ ਇਨਸਕਿਓਰ ਵੀ ਮਹਿਸੂਸ ਕਰਦੇ ਆਪਣੇ ਰਾਈਵਲਸ ਤੋਂ ਜਿਹੜੇ ਹੋਰ ਗੈਂਗ ਹੈਗੇ ਨੇ ਉਹਨਾਂ ਤੋਂ ਇਸ ਕਰਕੇ ਆਪਣੇ ਕੋਲ ਆਸਾਨ ਜਾ ਕੇ ਰੱਖਦੇ ਹਾਂ ਬਾਹਰੋਂ ਲਿਆਉਂਦੇ ਹਾਂ UP ਤੋਂ ਲੈ ਕੇ ਆਇਆ ਸੀ ਇਹ ਅਸਲਾ CBZ ਸਰ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਕਿੱਦਾਂ ਇਹਨਾਂ ਦਾ ਇਹ ਜਿਹੇ ਗੈਂਗਸਟਰ ਨੇ ਇਹਨਾਂ ਨੂੰ ਆਪਣੇ ਆਪ ਨੂੰ ਖਤਰਾ ਹੁੰਦਾ ਹੈਗਾ ਅਤੇ ਲੋਕਾਂ 'ਚ ਰੋਹ ਪਾਉਣਾ ਹੁੰਦਾ ਜੇ ਹੋਰ ਧੰਦੇ ਵਗੈਰਾ ਇਹ ਇਹੀ ਕਰਦੇ ਹੈਗੇ 2 ਨੰਬਰ 'ਤੇ